ਇਸ ਵੇਲੇ ਵੀਰੇ ਮੈਂ ਖੜਾ ਬਿਲਕੁਲ ਪਿੰਡ ਛੱਡਣ ਹੈ ਜੀ। ਇਹ ਪਿੰਡ ਛੱਡਣ ਅਟਾਰੀ ਰੋਡ 'ਤੇ ਪੈਂਦਾ ਵੀਰੇ। ਇਹ ਵੀਰੇ ਤਕਰੀਬਨ ਇੱਥੋਂ ਦੇ 7 ਪਿੰਡ ਇਕੱਠੇ ਹੋਏ ਆ, ਜਿਹੜੇ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ, ਸਤਿਗੁਰੂ ਨਾਨਕ ਪ੍ਰਗਟ ਹੋਇਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਗੁਰੂ ਨਾਨਕ ਦੇਵ ਜੀ 550 ਸਾਲ ਜਿਨ੍ਹਾਂ ਦਾ ਹੋਇਆ ਵੀਰੇ, ਉਹਨਾਂ ਦੇ ਜੋ ਪ੍ਰਕਾਸ਼ ਦਿਹਾੜਾ ਮਨਾ ਰਹੇ ਆ, ਉਹਨਾਂ ਦੇ ਸਵਾਗਤ ਦੇ ਵਜੋਂ 7 ਪਿੰਡ ਮੇਰੇ ਸਾਹਮਣੇ ਜੋ ਇਸ ਵੇਲੇ ਤੁਸੀਂ ਵੇਖ ਰਹੇ ਜੇ, ਮੇਰੇ ਨਾਲ ਸਿੰਘ ਸਾਹਿਬ ਖੜੇ ਨੇ, ਉਹ ਸਾਨੂੰ ਪਿੰਡਾਂ ਬਾਰੇ ਦੱਸਣ ਕਿ ਉਹਨਾਂ ਨੇ ਕੀ ਅਰੇਂਜਮੈਂਟ ਕੀਤਾ ਆ। ਸਿੰਘ ਸਾਹਿਬ ਤੁਸੀਂ ਦੱਸਣ ਲੱਗੇ ਹੋ ਕਿ ਵੀ ਇਹ 7 ਪਿੰਡਾਂ ਦਾ ਕੀ ਤੁਸੀਂ ਯੋਗਦਾਨ ਆ, ਕੀ ਕਰ ਰਹੇ ਤੁਸੀਂ? ਨਹੀਂ ਵੀਰ ਜੀ, ਇੱਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ 550 ਸਾਲਾਂ ਦੇ ਮਤਲਬ ਲੰਗਰ ਲਾਏ ਨੇ। ਅਸੀਂ 7 ਪਿੰਡ ਆ ਜੀ ਛੱਡਣ, ਦੋ ਬੋਪਾਰਾ ਖੁਰਦ, ਬੋਪਾਰਾ ਕਲਾਮ ਬਾਜ, ਦੋ ਖਿਆਲੇ ਜੇ, ਖੁਹਾਲੀ, ਬਰਾੜ, ਨੂਰਪੁਰ, ਪੱਧਰੀ, ਅਤੇ 7 ਪਿੰਡ ਆ ਜੀ। ਅਸੀਂ ਮਤਲਬ ਹਰ ਵਰਾਇਟੀ ਇੱਥੇ ਤਿਆਰ ਕੀਤੀ ਆ, ਦਾਲ ਫੁਲਕਾ ਛੋ, ਚਾਹ ਪਕੌੜੇ, ਜਲੇਬ, ਮਤਲਬ ਪਾਣੀ, ਜੋ ਵੀ ਮਤਲਬ ਸਾਰਾ ਅਰੇਂਜਮੈਂਟ ਕੀਤਾ ਅਸੀਂ। ਅਜੇ ਨਗਰ ਕੀਰਤਨ ਆ ਰਿਹਾ ਹੈ, ਮਤਲਬ ਸਵੇਰ ਦਾ ਲੰਗਰ ਚੱਲ ਰਿਹਾ ਹੈ। ਸੋ ਵੀਰੇ ਮੇਰੀ ਬੇਨਤੀ ਆ ਕਿ ਜੇ ਇਹਦੇ 7 ਪਿੰਡ ਇਕੱਠੇ ਹੋਏ ਆ, ਇਹ 7 ਪਿੰਡ ਇਕੱਠੇ ਨਹੀਂ ਹੋਏ, ਇਹ ਤਕਰੀਬਨ ਹਰ 2 ਕਿਲੋਮੀਟਰ 3 ਕਿਲੋਮੀਟਰ 'ਤੇ ਜਾ ਕੇ 7-7, 10-10 ਪਿੰਡ ਇਕੱਠੇ ਹੋਏ ਆ। ਔਰ ਤੁਸੀਂ ਸੰਗਤ ਵੇਖੋਗੇ, ਹਜ਼ਾਰਾਂ ਨਹੀਂ ਅਟਾਰੀ ਜਾ ਕੇ ਵੇਖੋਗੇ ਤੁਸੀਂ, ਲੱਖਾਂ ਦੀ ਤਾਦਾਦ ਸੰਗਤ ਬੈਠੀ ਆ, ਲੱਖਾਂ ਦੀ ਤਾਦਾਦ ਸੰਗਤ ਆ, ਹਜ਼ਾਰਾਂ ਦੀ ਸੰਗਤ ਇਸ ਵੇਲੇ ਬਿਲਕੁਲ ਜਿਹੜਾ ਸੰਗਤ ਆ ਇਹ ਰਸਤੇ ਪਿੰਡ ਆਉਂਦੇ ਆ। ਇਸ ਤਰ੍ਹਾਂ ਦਾ ਇੱਕ ਪੜਾਅ ਨਹੀਂ ਹੈਗਾ, ਇਹ ਹਰ 2 ਕਿਲੋਮੀਟਰ 'ਤੇ ਲੱਖਾਂ ਦੀ ਸੰਗਤ, ਜੋ ਉਹਨਾਂ ਦੇ ਖਾਣ ਪੀਣ ਰਹਿਣ ਸਹਿਣ ਹਰ ਪ੍ਰਬੰਧ ਕੀਤਾ ਹੋਇਆ ਆ। ਮੈਂ ਇਸ ਵੇਲੇ ਤੁਹਾਨੂੰ ਨਾਲ ਲੈ ਕੇ ਚੱਲਿਆ ਜੀ, ਅਟਾਰੀ ਇਸ ਵੇਲੇ ਤੁਹਾਨੂੰ ਲੈ ਕੇ ਨਾਲ ਚੱਲਦਾ ਜੀ। ਇਸ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਜੀ ਆਵਾਜ਼ੀ ਕੌਮ ਟੀਵੀ ਹਰਿੰਦਰ ਵੇਰਕਾ ਦੇ ਨਾਲ, ਮੈਂ ਵਜੀਰ ਸਿੰਘ ਮੂਦਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਮੈਂ ਇਸ ਵੇਲੇ ਬਿਲਕੁਲ ਅਟਾਰੀ ਬਾਰਡਰ ਦੇ ਨਾਲ ਖੜਾ ਜੀ। 100 ਮੀਟਰ ਦੀ ਇੱਥੇ ਸਾਰੀ ਇੱਥੇ ਗੁਰੂ ਸਾਹਿਬ ਬਹੁਤ ਹੀ ਜਲਦੀ ਭਾਰਤ ਦੇ ਵਿੱਚ ਦਾਖਲ ਹੋਣ ਵਾਲੇ ਆ, ਅਤੇ ਮੇਰੇ ਨਾਲ 2 ਬੀਬੀਆਂ ਖੜੀਆਂ ਨੇ। ਇਹ ਬੀਬੀਆਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਬੀਬੀ ਕਿੱਥੋਂ ਆਏ? ਅਸੀਂ ਜੰਮੂ ਤੋਂ ਆਏ ਹਾਂ। ਤੁਸੀਂ ਬੀਬੀ ਕਿੱਥੋਂ ਆਏ? ਜੰਮੂ ਤੋਂ ਆਏ ਹਾਂ। ਅਤੇ ਜੰਮੂ ਤੋਂ ਪਰਿਵਾਰ ਸਾਰਾ ਨਾਲ ਆਇਆ? ਹਾਂਜੀ। ਵਾਧੂ ਸੰਗਤਾਂ ਉੱਥੋਂ ਆਈਆਂ ਇੱਥੇ? ਹਾਂਜੀ ਆਈ ਹੈ। ਅੱਛਾ, ਕੀ ਉੱਧਰ ਕੀ ਉਤਸਾਹ ਸੀ, ਵੀ ਕਿਸ ਤਰ੍ਹਾਂ ਲੱਗੂਗਾ ਮਾਹੌਲ? ਬਹੁਤ ਅੱਛਾ, ਬਹੁਤ ਬਹੁਤ ਉਤਸਾਹ ਸੀ, ਬਹੁਤ ਖੁਸ਼ੀ ਹੈ ਜੀ। ਖੁਸ਼ੀ ਹੈ ਸਾਨੂੰ ਕਿ ਸਾਲਾਂ ਬਾਅਦ ਪਾਕਿਸਤਾਨ ਅੱਛਾ ਮੈਂ ਜਿਹੜੀ ਤੁਹਾਨੂੰ ਮੇਨ ਚੀਜ਼ ਪੁੱਛਣੀ ਆ, ਅਗਰ ਵੇਖੋ ਇੰਨਾ ਗੁਰੂ ਨਾਨਕ ਸਾਹਿਬ ਜੋ ਕਿ ਦੁਨੀਆ ਦੇ ਉੱਤੇ ਇੱਕ ਅਮਨ ਦਾ ਸੁਨੇਹਾ ਲੈ ਕੇ ਆਉਂਦੇ ਆ, ਗੁਰੂ ਨਾਨਕ ਸਾਹਿਬ ਅਮਨ ਦਾ ਸੁਨੇਹਾ ਲੈ ਕੇ ਆਉਂਦੇ ਆ, ਕੋਈ ਲੜਾਈ ਝਗੜੇ ਨੂੰ ਉਹ ਬਾਬਾ ਜੀ ਖਤਮ ਕਰਦੇ ਆ, ਆਪਣਾ ਉਹ ਸ਼ਬਦ ਗੁਰੂ ਦੇ ਨਾਲ ਲੋਕਾਂ ਨੂੰ ਸਮਝਾਇਆ ਗਿਆ ਪੂਰੀ ਦੁਨੀਆ ਦੇ ਵਿੱਚ, ਜਿਸ ਚੀਜ਼ ਨੂੰ ਬਾਬਾ ਜੀ ਗੁਰੂ ਸ਼ਬਦ ਕਹਿੰਦੇ ਹਨ। ਸ਼ਬਦ ਗੁਰੂ ਕੀ ਆ? ਸਭੈ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ। ਗੁਰੂ ਸਾਹਿਬ ਨੇ ਜੋ ਜਾਤ ਪਾਤ ਸਭ ਧਰਮ ਖਤਮ ਕਰਕੇ, ਇਹ ਜਾਤਾਂ ਪਾਤਾਂ ਨੂੰ ਉਹ ਚੀਜ਼ ਖਤਮ ਕਰਕੇ, ਤੋ ਇਹ ਸੋਚ ਨੂੰ ਅੱਗੇ ਲੈ ਕੇ ਆਏ ਆ। ਤੁਸੀਂ ਕੀ ਸੋਚਦੇ ਹੋ ਕਿ ਅਗਰ ਇਹ ਬਾਰਡਰ ਖੁੱਲ੍ਹਦਾ ਆ ਔਰ ਗੁਰੂ ਸਾਹਿਬ ਦੀ ਸੋਚ ਅੱਗੇ ਆਉਂਦੀ ਆ, ਤਾਂ ਕੀ ਪਾਕਿਸਤਾਨ ਔਰ ਹਿੰਦੁਸਤਾਨ ਦੇ ਵਿੱਚ ਕੜਤਣ ਘਟੂਗੀ? ਜੋ ਬਾਰਡਰਾਂ 'ਤੇ ਹਰ ਰੋਜ਼ ਦੂਜੇ ਤੀਜੇ ਦਿਨ ਬਾਅਦ ਆਪਣੀਆਂ ਫੌਜੀ ਵੀਰਾਂ ਦੀਆਂ ਅਤੇ ਡੈੱਡ ਬੋਡੀਜ਼ ਇੱਥੇ ਆਉਂਦੀਆਂ ਆ, ਕੀ ਸੋਚਦੇ ਤੁਸੀਂ ਉਹਨਾਂ ਡੈੱਡ ਬੋਡੀ 'ਤੇ ਕੋਈ ਅਸਰ ਪਊਗਾ? ਕਿਸ ਤਰ੍ਹਾਂ ਕੱਟ ਦੀ ਸੋਚਦੇ, ਮਤਲਬ ਕਿਸ ਤਰ੍ਹਾਂ ਹੋਊਗਾ ਕੱਟ? ਕੀ ਬਾਬਾ ਨਾਨਕ ਸੋਚਿਆ ਤੁਸੀਂ 70 ਸਾਲ ਤੋਂ ਬਾਅਦ ਇਹ ਚੱਲਿਆ, ਨਾ ਤਾਂ 70 ਸਾਲ ਪਹਿਲਾਂ ਤਾਂ ਕਦੇ ਸੁਣਿਆ ਵੀ ਨਹੀਂ ਸੀ ਕਿ ਨਗਰ ਕੀਰਤਨ ਪਾਕਿਸਤਾਨ ਤੋਂ ਜੀ ਅੰਮ੍ਰਿਤਸਰ ਵਿੱਚ ਆਇਆ ਹੈ। ਹੁਣ ਇੰਨੀ ਵੱਡੀ ਸ਼ਰਧਾ ਦੇ ਨਾਲ ਹਰ ਬੰਦੇ ਦੇ ਅੰਦਰ ਬੜੀ ਖੁਸ਼ੀ ਹੈ, ਬੜਾ ਪਿਆਰ ਹੈ, ਸਭ ਕੁਛ ਹੈ। ਦੇਖੋ ਸਾਨੂੰ ਆਸ ਹੈ ਕਿ ਇਸ ਸਰਕਾਰਾਂ ਵੀ ਇਸ ਚੀਜ਼ 'ਤੇ ਆਉਣਗੀਆਂ ਕਿ ਅਗਰ ਜਨਤਾ ਚਾਹੁੰਦੀ ਆ ਕਿ ਦੋਵਾਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਹੋਵੇ, ਕਿਉਂਕਿ ਜਨਤਾ ਜੋ ਕਹਿੰਦੀ ਆ ਉਹਨਾਂ ਦਾ ਫਤਵਾ ਸੱਚ ਹੁੰਦਾ ਆ, ਅਗਰ ਦੋਵਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਹੁੰਦੀ ਆ ਤਾਂ ਇਹਦੇ ਨਾਲ ਜਨਤਾ ਸਰਕਾਰਾਂ 'ਤੇ ਵੀ ਅਸਰ ਪਊਗਾ।
ਸਰਕਾਰਾਂ ਵੀ ਮੰਨਣਗੀਆਂ ਕਿ ਦੋਵਾਂ ਦੇਸ਼ਾਂ ਦੇ ਵਿੱਚ ਦੋਸਤੀ ਹੋਣੀ ਚਾਹੀਦੀ ਆ, ਦੋਸਤੀ ਹੋਣੀ ਚਾਹੀਦੀ ਆ। ਅਰਦਾਸ ਸ਼ੁਰੂ ਤੋਂ ਅਰਦਾਸ ਹੈ ਕਿ ਨਾਨਕ ਪੰਜਾ ਸਾਹਿਬ ਦੇ ਬਾਬਾ ਨਨਕਾਨਾ ਸਾਹਿਬ ਦੇ ਦਰਸ਼ਨ ਹੋਣਗੇ, ਉਹ ਸਾਡੀ ਅੱਜ ਪੂਰੀ ਹੋ ਰਹੀ ਹੈ, ਅਰਦਾਸਾਂ ਪੂਰੀਆਂ ਹੁੰਦੀਆਂ ਪਈਆਂ। ਸੰਗਤ ਜੀ, ਇਹ ਵਿਸ਼ਵਾਸ ਦਵਾਇਆ ਜਾਣ ਡਿਆ ਕਿ ਜੋ ਗੁਰੂ ਸਾਹਿਬ ਦੀ ਸੋਚ ਅੱਗੇ ਅੱਗੇ ਹੁੰਦੀ ਆ ਔਰ ਜੋ ਜਨਤਾ ਦਾ ਜੋ ਸੰਗਤ ਦਾ ਵਿਸ਼ਵਾਸ ਆ ਕਿ ਅਗਰ ਗੁਰੂ ਸਾਹਿਬ ਦੀ ਸੋਚ ਅੱਗੇ ਆਈ, ਅਗਰ ਗੁਰੂ ਸਾਹਿਬ ਚੱਲ ਕੇ ਅੱਜ ਭਾਰਤ 'ਚ ਆਏ ਆ, ਇਹ ਪੂਰੀ ਦੁਨੀਆ ਦੇ ਵਿੱਚ ਪੈਗਾਮ ਲੈ ਕੇ ਜਾਣਗੇ ਔਰ ਇਹ ਇੱਕ ਪੈਗਾਮ ਅਮਨ ਸ਼ਾਂਤੀ ਵਾਲਾ ਹੋਊਗਾ ਔਰ ਸਾਡਾ ਪੂਰਨ ਯਕੀਨ ਹੈ ਕਿ ਗੁਰੂ ਨਾਨਕ ਸਾਹਿਬ ਦੀ ਸੋਚ ਆ ਪੂਰੀ ਦੁਨੀਆ ਦੇ ਉੱਪਰ ਫੈਲੂਗੀ ਔਰ ਪੂਰੀ ਦੁਨੀਆ ਦੇ ਉੱਤੇ ਅਮਨ ਸ਼ਾਂਤੀ ਔਰ ਦੋਸਤੀ ਦਾ ਪੈਗਾਮ ਜਾਏਗਾ। ਆਓ ਗੱਜ ਕੇ ਫੈਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।